subscribe to our YouTube channel. Press the bell icon to get the latest updates. ਲੁਧਿਆਣਾ ਦੇ ਛਪਾਰ ਦੇ ਅਧਿਆਪਕ ਅੰਮ੍ਰਿਤਪਾਲ ਸਟੇਟ ਅਤੇ ਨੈਸ਼ਨਲ ਅਵਾਰਡ ਹਾਸਲ ਕਰਨ ਵਾਲੇ ਪਹਿਲੇ ਅਧਿਆਪਕ ਬਣ ਗਏ ਨੇ। ਸਰਕਾਰੀ ਸਕੂਲ ਛਪਾਰ ਦੇ ਅੰਮ੍ਰਿਤਪਾਲ ਸਿੰਘ ਨੂੰ ਇਹ ਅਵਾਰਡ ਲਈ ਚੁਣਿਆ ਗਿਆ ਹੈ, ਜੋ ਕਿ 2021 ਦੇ ਵਿੱਚ ਪੰਜਾਬ ਸਟੇਟ ਅਵਾਰਡ ਵੀ ਹਾਸਲ ਕਰ ਚੁੱਕੇ ਨੇ। ਅਜਿਹਾ ਕਰਨ ਵਾਲੇ ਉਹ ਪੰਜਾਬ ਦੇ ਇਕਲੌਤੇ ਅਧਿਆਪਕ ਨੇ। ਸਿੱਖਿਆ ਦੇ ਖੇਤਰ ਵਿੱਚ, ਖਾਸ ਕਰਕੇ ਕੰਪਿਊਟਰ ਸਾਇੰਸ ਦੇ ਖੇਤਰ ਦੇ ਵਿੱਚ ਉਹਨਾਂ ਨੇ ਬਾਕਮਾਲ ਯੋਗਦਾਨ ਪਾਇਆ, ਜਿਸ ਕਰਕੇ ਉਹਨਾਂ ਨੂੰ ਇਸ ਅਵਾਰਡ ਦੇ ਨਾਲ ਨਵਾਜਿਆ ਗਿਆ ਹੈ। ਕਾਬਲੇ ਗੌਰ ਹੈ ਕਿ 5 ਸਤੰਬਰ ਨੂੰ ਦਿੱਲੀ ਦੇ ਵਿੱਚ ਦੇਸ਼ ਦੇ ਰਾਸ਼ਟਰਪਤੀ ਉਹਨਾਂ ਨੂੰ ਇਹ ਅਵਾਰਡ ਦੇਣਗੇ। 3 ਸਤੰਬਰ ਨੂੰ ਉਹ ਦਿੱਲੀ ਪਹੁੰਚਣਗੇ, 2 ਦਿਨ ਉਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾਵੇਗੀ। ਇਸ ਮਾਮਲੇ ਦੇ ਵਿੱਚ ਕੀ ਕਹਿਣਾ ਹੈ ਅੰਮ੍ਰਿਤਪਾਲ ਸਿੰਘ ਦਾ, ਤੁਸੀਂ ਵੀ ਸੁਣ ਲਵੋ। ਸਰ, ਨੈਸ਼ਨਲ ਅਵਾਰਡ ਮਿਲਣ ਜਾ ਰਿਹਾ ਜੀ, ਪਹਿਲਾਂ ਤਾਂ ਦੱਸੋ ਕਿੰਨੀ ਤਰੀਕ ਨੂੰ ਮਿਲਣ ਜਾ ਰਿਹਾ ਅਤੇ ਕਿੰਨੀ ਕੁ ਖੁਸ਼ੀ ਹੈ ਜੀ? ਨੈਸ਼ਨਲ ਅਵਾਰਡ ਜਿਹੜਾ ਉਹ 3 ਤਰੀਕ ਨੂੰ ਸਾਨੂੰ ਉੱਥੇ ਬੁਲਾਇਆ ਗਿਆ, ਔਰ 3 ਤਰੀਕ ਤੋਂ ਬਾਅਦ 4 ਤਰੀਕ ਦੀ ਸਾਡੀ ਰਿਹਰਸਲ ਹੋਏਗੀ, ਔਰ 5 ਤਰੀਕ ਨੂੰ ਜਿਹੜਾ ਉਹ ਮਾਨਯੋਗ ਰਾਸ਼ਟਰਪਤੀ ਜੀ ਵੱਲੋਂ ਇਹ ਜਿਹੜਾ ਅਵਾਰਡ ਹੈ ਉਹ ਦਿੱਤਾ ਜਾਏਗਾ, ਔਰ 6 ਤਰੀਕ ਨੂੰ ਜਿਹੜੀ ਆ ਆਫਟਰ ਲੰਚ ਜਿਹੜੀ ਆ ਸਾਡੀ ਵਾਪਸੀ ਹੋਏਗੀ ਜੀ। ਕਿੰਨੀ ਕੁ ਖੁਸ਼ੀ ਹੈ ਸਰ? ਸਰ, ਬਹੁਤ ਖੁਸ਼ੀ ਹੈ ਜੀ, ਔਰ ਜਿੰਨੇ ਵੀ ਬੱਚੇ ਨੇ, ਅਧਿਆਪਕ ਸਾਥੀ ਨੇ, ਔਰ ਪ੍ਰਿੰਸੀਪਲ ਸਰ ਸਰਦਾਰ ਸਤਬਲਿਹਾਰ ਸਿੰਘ ਜੀ, ਔਰ ਸਾਡੇ ਜ਼ਿਲ੍ਹੇ ਦੇ ਡਿਪਟੀ ਮੈਡਮ ਡਿਪਟੀ ਸਰਦਾਰ ਜਸਵਿੰਦਰ ਸਿੰਘ ਜੀ, ਔਰ DO ਮੈਡਮ ਡਿੰਪਲ ਮੈਡਮ ਜੀ, ਡਿੰਪਲ ਮੈਦਾਨ ਜੀ, ਉਹਨਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਮੁੱਚਾ ਜਿਹੜਾ ਸਹਿਯੋਗ ਆ ਉਹ ਦਿੱਤਾ। ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆ, ਉਹਨਾਂ ਸਾਰਿਆਂ ਦੇ ਸਹਿਯੋਗ ਸਦਕਾ ਜਿਹੜਾ ਉਹ ਅਵਾਰਡ ਜਿਹੜਾ ਉਹ ਮਿਲਿਆ। ਸਰ, ਪਹਿਲਾਂ ਰਾਜ ਪੱਧਰੀ ਅਵਾਰਡ ਵੀ ਮਿਲਿਆ ਵਾ, ਹੁਣ ਤੁਹਾਨੂੰ ਜਿਹੜਾ ਵਾ ਨੈਸ਼ਨਲ ਅਵਾਰਡ ਜਿਹੜਾ ਮਿਲਣ ਜਾ ਰਿਹਾ ਵਾ, ਜੇ ਗੱਲ ਕਰੀਏ ਕਿਸ ਤਰ੍ਹਾਂ ਦੀ ਜਿਹੜੀ ਮਿਹਨਤ ਕੀਤੀ ਗਈ ਸੀ, ਕਹਿੰਦੇ ਅਲੱਗ ਅਲੱਗ ਜਿਹੜੇ ਨੇ ਉਪਕਰਨ ਜਾਂ ਜਿਹੜੀਆਂ ਨਵੀਆਂ ਖੋਜਾਂ ਜਿਹੜੀਆਂ ਕੀਤੀਆਂ? ਭਾਰਤ ਸਰਕਾਰ ਵੱਲੋਂ ਜਿਹੜਾ ਇਹ ਅਵਾਰਡ ਦਿੱਤਾ ਜਾਂਦਾ ਉਹ ਨਵੀਂ ਇਨੋਵੇਸ਼ਨ ਵਾਸਤੇ ਹੀ ਦਿੱਤਾ ਜਾਂਦਾ ਵਾ। ਜਦੋਂ ਅਸੀਂ ਕੋਈ ਨਾ ਕੋਈ ਆਪਣੇ ਵਿਸ਼ੇ ਦੇ ਵਿੱਚ ਨਵੀਂ ਇਨੋਵੇਸ਼ਨ ਕਰਦੇ ਹਾਂ, ਜਿਵੇਂ ਮੇਰਾ ਵਿਸ਼ਾ ਕੰਪਿਊਟਰ ਸਾਇੰਸ ਦਾ ਵਾ, ਸੋ ਕੰਪਿਊਟਰ ਸਾਇੰਸ ਦੇ ਵਿੱਚ ਪੰਜਾਬ ਦਾ ਸਭ ਤੋਂ ਪਹਿਲਾ ਕੰਪਿਊਟਰ ਪਾਰਕ ਜਿਹੜਾ ਉਹ ਆਪਣੇ ਬੱਚਿਆਂ ਦੇ ਨਾਲ, ਆਪਣੇ ਅਧਿਆਪਕ ਸਾਥੀਆਂ ਦੇ ਨਾਲ, ਇਹਨਾਂ ਸਾਰਿਆਂ ਦੇ ਸਹਿਯੋਗ ਦੇ ਨਾਲ ਪੰਜਾਬ ਦਾ ਪਹਿਲਾ ਕੰਪਿਊਟਰ ਪਾਰਕ 2017 ਦੇ ਵਿੱਚ ਆਪਣੇ ਸਕੂਲ ਦੇ ਵਿੱਚ ਤਿਆਰ ਕੀਤਾ। ਇਸੇ ਤਰੀਕੇ ਨਾਲ ਮੋਬਾਈਲ ਗੇਮਸ ਜਿਹੜੀਆਂ ਨੇ, 30 ਮੋਬਾਈਲ ਗੇਮਸ ਤਿਆਰ ਕੀਤੀਆਂ ਗਈਆਂ, ਜਿਨ੍ਹਾਂ ਦੇ ਵਿੱਚ 3 ਲੱਖ ਤੋਂ ਜ਼ਿਆਦਾ ਬੱਚੇ ਜਿਹੜੇ ਆ ਉਹ ਇਹਨਾਂ ਗੇਮਸ ਦੇ ਮਾਧਿਅਮ ਰਾਹੀਂ ਕੰਪਿਊਟਰ ਐਜੂਕੇਸ਼ਨ ਜਿਹੜੀ ਆ ਉਹ ਪ੍ਰਾਪਤ ਕਰ ਰਹੇ ਨੇ। ਇਸੇ ਤਰੀਕੇ ਨਾਲ ਕਾਫੀ ਸਾਰਾ ਜਿਹੜਾ ਇਨਫਰਾਸਟ੍ਰਕਚਰ ਦਾ ਕੰਮ ਆ ਉਹ ਸਕੂਲ ਦੇ ਵਿੱਚ ਕਰਵਾਇਆ ਗਿਆ, ਔਰ ਸਕੂਲ ਦੇ ਵਿੱਚ ਜਿਹੜੀ ਕੰਪਿਊਟਰ ਲੈਬ ਆ ਉਸਨੂੰ ਸਮਾਰਟ ਬਣਾਇਆ ਗਿਆ। 1,70,000 ਰੁਪਏ ਦੀ ਸਹਾਇਤਾ ਦੇ ਨਾਲ ਪੰਜਾਬ ਦੀ ਪਹਿਲੀ ਥਿਨ ਕਲਾਇੰਟ ਨੈੱਟਵਰਕਿੰਗ ਟੈਕਨੋਲੋਜੀ ਨਾਲ ਚੱਲਣ ਵਾਲੀ ਜਿਹੜੀ ਕੰਪਿਊਟਰ ਲੈਬ ਆ ਆਪਣੇ ਸਕੂਲ ਦੇ ਵਿੱਚ ਤਿਆਰ ਕੀਤੀ ਗਈ ਹੈ। ਸਰ, ਜੇ ਗੱਲ ਕਰੀਏ ਕੰਪਿਊਟਰ ਤੋਂ ਇਲਾਵਾ, ਕਹਿੰਦੇ ਤੁਸੀਂ ਆਲਰਾਊਂਡਰ ਹੋ, ਪ੍ਰਿੰਸੀਪਲ ਸਾਹਿਬ ਨੇ ਬਹੁਤ ਜਿਹੜੀ ਤੁਹਾਡੀ ਤਾਰੀਫ ਕੀਤੀ ਆ, ਹੋਰ ਕਿਹੜੇ ਕਿਹੜੇ ਤੁਹਾਨੂੰ ਸ਼ੌਂਕ ਨੇ ਜਾਂ ਕਿਸ ਤਰ੍ਹਾਂ ਬੱਚਿਆਂ ਨੂੰ ਸਿਖਾਉਂਦੇ ਹੋ, ਕਹਿੰਦੇ ਕੀ ਕਿਤਾਬਾਂ ਜਿਹੜੀਆਂ ਨੇ ਤੁਹਾਡੇ ਵੱਲੋਂ ਲਿਖੀਆਂ? ਜਦੋਂ ਅਸੀਂ ਸ਼ੌਂਕ ਦੀ ਗੱਲ ਕਰਦੇ ਹਾਂ, ਕਿਉਂਕਿ ਮੈਨੂੰ ਸਕੂਲ ਟਾਈਮ ਤੋਂ ਹੀ ਕਲਚਰ ਐਕਟੀਵਿਟੀ ਦਾ ਸ਼ੌਂਕ ਰਿਹਾ, ਉਹ ਥੀਏਟਰ ਆਰਟਿਸਟ ਹਾਂ ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗੋਲਡ ਮੈਡਲਿਸਟ ਹਾਂ। ਲੋਕ ਸਾਜ਼ਾਂ ਦੇ ਵਿੱਚ ਮਹਾਰਤ ਹਾਸਲ ਹੈ, ਔਰ ਪੰਜਾਬ ਦਾ ਫੋਕ ਇੰਸਟਰੂਮੈਂਟ ਅਲਗੋਜ਼ੇ ਜਿਹੜਾ ਉਹ ਵਜਾ ਰਹੇ ਹਾਂ ਅਤੇ ਬੱਚਿਆਂ ਨੂੰ ਵੀ ਸਿਖਾ ਰਹੇ ਹਾਂ। ਇਸ ਦੇ ਨਾਲ ਹੀ ਪੰਜਾਬ ਦੇ ਜਿਹੜੇ ਹੋਰ ਲੋਕ ਸਾਜ਼ ਨੇ ਉਹ ਵਿਦਿਆਰਥੀਆਂ ਨੂੰ ਆਫਟਰ ਸਕੂਲ ਟਾਈਮ ਜਿਹੜੀ ਆ ਉਹਨਾਂ ਦੀ ਟ੍ਰੇਨਿੰਗ ਦਿੰਦਾ, ਔਰ ਬੱਚਿਆਂ ਨੇ 215 ਮੈਡਲ ਜਿਹੜੇ ਹੁਣ ਤੱਕ ਸਟੇਟ ਲੈਵਲ ਦੇ ਜਿਹੜੇ ਇਨਾਮ ਜਿਹੜੇ ਨੇ ਉਹ ਬੱਚਿਆਂ ਨੇ ਜਿੱਤੇ ਨੇ। ਔਰ ਇਸ ਦੇ ਨਾਲ ਹੀ ਭਾਰਤ ਸਰਕਾਰ ਵੱਲੋਂ ਕਲਾ ਉਤਸਵ ਦਾ ਮੁਕਾਬਲਾ ਕਰਵਾਇਆ ਗਿਆ, ਜਿਹਦੇ ਵਿੱਚ 2017 ਦੇ ਵਿੱਚ ਬੱਚਿਆਂ ਨੂੰ ਕਲਚਰ ਐਕਸਚੇਂਜ ਦਾ ਪ੍ਰੋਗਰਾਮ ਕਰਵਾਇਆ ਗਿਆ, ਆਂਧਰਾ ਪ੍ਰਦੇਸ਼ ਦਾ ਫੋਕ ਡਾਂਸ ਤਿਆਰ ਕਰਵਾਇਆ, ਉਸ ਦੇ ਵਿੱਚ ਵੀ ਬੱਚਿਆਂ ਨੇ ਜਿਹੜਾ ਇਨਾਮ ਹਾਸਲ ਕੀਤਾ। ਔਰ ਮਲਵਈ ਗਿੱਧਾ ਸਾਡਾ ਪੰਜਾਬ ਦਾ ਲੋਕ ਨਾਚ ਜਿਹੜਾ ਉਹ ਲਗਾਤਾਰ ਬੱਚੇ ਜਿਹੜੇ ਆ ਉਹ 5 ਸਾਲ ਸਟੇਟ ਦੇ ਵਿੱਚ ਵਿਨਰ ਰਹੇ ਨੇ। ਸਰ, ਨੈਸ਼ਨਲ ਅਵਾਰਡ ਵੀ ਤੁਸੀਂ ਕਿਹਾ ਕਿ ਬੱਚੇ ਇੱਕ ਸਟੇਟ 'ਤੇ ਵੀ ਖੇਡਣ ਜਾ ਰਹੇ, ਨੈਸ਼ਨਲ ਵੀ ਖੇਡਣ ਜਾਣਗੇ, ਤੁਹਾਡਾ ਜਿਹੜਾ ਕਲਾਕਾਰ ਵੀ ਨਿੰਜੇ ਦਾ ਤੁਸੀਂ ਜ਼ਿਕਰ ਕੀਤਾ ਸੀ, ਉਹ ਵੀ ਤੁਸੀਂ ਤਿਆਰ ਜੀ? ਕਾਫੀ ਜਿਹੜੇ ਬੱਚੇ ਨੇ ਜਦੋਂ ਕੁਛ ਨਾ ਕੁਛ ਕਿਸੇ ਮੁਕਾਮ 'ਤੇ ਜਾਂਦੇ ਆ ਅਤੇ ਅਧਿਆਪਕ ਨੂੰ ਜਿਹੜੀ ਆ ਉਹ ਖੁਸ਼ੀ ਹੁੰਦੀ ਆ। ਕਾਫੀ ਸਾਰੇ ਵਿਦਿਆਰਥੀ ਜਿਹੜੇ ਨੇ ਉਹ ਅੱਜ ਬਤੌਰ ਸਿੰਗਰ ਜਿਹੜੀ ਆ ਆਪਣੀ ਐਂਟਰਟੇਨਮੈਂਟ ਕਰ ਰਹੇ ਨੇ ਲੋਕਾਂ ਦਾ, ਔਰ ਆਪਣੀ ਜਿਹੜਾ ਰੁਜ਼ਗਾਰ ਆ ਉਸ ਨੂੰ ਪਾ ਕੇ ਆਪਣੀ ਜਿਹੜਾ ਜੀਵਨ ਦਾ ਨਿਰਵਾਹ ਉਹ ਕਰ ਰਹੇ ਨੇ। ਕਾਫੀ ਬੱਚੇ ਜਿਹੜੇ ਨੇ ਹੁਣ ਵੀ ਜਿਵੇਂ ਸਾਹਿਲ ਖਾਨ ਹੈ, ਪੰਜਾਬ ਦੇ ਵਿੱਚੋਂ 2nd ਇਨਾਮ ਉਸਦਾ ਹਾਸਲ ਹੋਇਆ, 2nd ਪ੍ਰਾਈਜ਼ ਮਿਲਿਆ, ਔਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਅਗਲੀ ਵਾਰ ਅਸੀਂ ਉਸਨੂੰ ਵੀ ਨੈਸ਼ਨਲ ਜਿਹੜਾ ਅਵਾਰਡ ਆ ਉਹ ਦਿਵਾਈਏ ਫੋਕ ਸਿੰਗਿੰਗ ਦੇ ਵਿੱਚ।
सर तुहाडे स्कूल दे जिहड़े ने एक अध्यापक दी जिहड़ी चोन हुई है नैशनल अवार्ड वास्ते किस तरह महसूस हो रहा जां किन्ना कि जिहड़ा खुशी? हाँ जी, साढ़े बहुत ही सत्कारयोग अध्यापक ने जी, बड़े मेहनती अध्यापक ने सरदार अमृतपाल सिंह जी कंप्यूटर फैकल्टी, जिन्हां दी इस साल भारत सरकार वल्लों 2023 लई नैशनल अवार्ड लई चोन हुई है। सर जिहड़ा स्कूल दी मैनेजमेंट किस तरीके दे नाल देखदी है, क्योंकि आम तौर ते दो ही अध्यापक चुने गए ने जाणा? हाँ जी, जिहड़े मैडम जी चुने गए ने ओह CBSE स्कूलां दे विचों चुने गए ने, ते साडे जिहड़े अमृतपाल जी ने इह सरकारी स्कूलां दे विचों सिर्फ ते सिर्फ पंजाब दे विचों इक ही अध्यापक चुने गए ने। ਅਗਰ ਸਰ ਜੀ ਗੱਲ ਕਰੀਏ ਕਿ ਕਿਸ ਤਰ੍ਹਾਂ ਦੇ ਉਪਰਾਲੇ ਜਿਹੜੇ ਕੀਤੇ ਜਾਂਦੇ ਸੀ ਜਾਂ ਬੱਚਿਆਂ ਨੂੰ ਪੜ੍ਹਾਉਣ ਦੇ ਵਿੱਚ ਕਿਸ ਤਰ੍ਹਾਂ ਦਾ ਜਿਹੜਾ ਰੁਝਾਨ ਸੀਗਾ ਇਹਨਾਂ ਦਾ, ਕੀ ਖਾਸ ਕੀਤਾ, ਕਿਉਂਕਿ ਕਾਫੀ ਸਮਾਂ ਤੁਹਾਡੇ? ਹਾਂ ਜੀ, ਇਹ ਅੰਮ੍ਰਿਤਪਾਲ ਜੀ ਇਸ ਸੰਸਥਾ ਦੇ ਵਿੱਚ 2009 ਤੋਂ ਸੇਵਾ ਮਤਲਬ ਕਰ ਰਹੇ ਨੇ। ਇਹ ਬੜੇ ਮਿਹਨਤੀ ਅਧਿਆਪਕ ਨੇ ਜੀ। ਇਹ ਬੱਚਿਆਂ ਨੂੰ ਮਤਲਬ ਉਹਨਾਂ ਦੇ ਪੱਧਰ 'ਤੇ ਜਾ ਕੇ ਕੰਪਿਊਟਰ ਸਿਖਾਉਂਦੇ ਨੇ, ਅਤੇ ਆਲਰਾਊਂਡਰ ਵੀ ਨੇ ਇਹ, ਅਤੇ ਨਿੱਕੇ ਨਿੱਕੇ ਪ੍ਰੋਜੈਕਟ ਇਹਨਾਂ ਨੇ ਕੰਪਿਊਟਰ ਦੇ ਬੱਚਿਆਂ ਵਾਸਤੇ ਤਿਆਰ ਕੀਤੇ ਹੋਏ ਨੇ। ਅਤੇ ਇਸ ਤੋਂ ਇਲਾਵਾ ਇਹਨਾਂ ਨੇ ਸਕੂਲ ਦੇ ਵਿੱਚ ਕੰਪਿਊਟਰ ਪਾਰਕ ਤਿਆਰ ਕਰਾਇਆ ਹੋਇਆ, ਅਤੇ ਜਿੱਥੋਂ ਬੱਚੇ ਆਉਂਦੇ ਜਾਂਦੇ ਕੰਪਿਊਟਰ ਦੀ ਜਿਹੜੀ ਸਿੱਖਿਆ ਲੈਂਦੇ ਨੇ। ਇਹ ਪੰਜਾਬ ਦਾ ਪਹਿਲਾ ਕੰਪਿਊਟਰ ਜਿਹੜਾ ਪਾਰਕ ਹੈ। ਸਰ ਇਹਨਾਂ ਦੀ ਫਿਰ ਚੋਣ ਕਿਵੇਂ ਹੋਈ, ਮਤਲਬ ਥੋੜ੍ਹਾ ਜਿਹਾ ਦੱਸੋਗੇ? ਕਿਉਂਕਿ ਆਮ ਤੌਰ 'ਤੇ ਕੇਂਦਰ ਦੇ ਵੱਲੋਂ ਜਿਹੜਾ ਇਹਨਾਂ ਨੂੰ ਇੱਕ ਅਵਾਰਡ ਦਿੱਤਾ ਜਾਣਾ, ਕਿਉਂਕਿ ਪੰਜਾਬ ਸਰਕਾਰ ਤੋਂ ਜਿਹੜਾ ਸਰਕਾਰੀ ਸਕੂਲ ਦੀ ਗੱਲ ਕੀਤੀ ਜਾਵੇ, ਕੇਂਦਰ ਦੇ ਨਾਲ ਇਹ ਸੰਬੰਧਿਤ ਹੈ? हाँ जी, 2021 ਦੇ ਵਿੱਚ ਇਹਨਾਂ ਨੂੰ ਪਹਿਲਾਂ ਪੰਜਾਬ ਸਰਕਾਰ ਵੱਲੋਂ ਸਟੇਟ ਅਵਾਰਡ ਦਿੱਤਾ ਗਿਆ ਸੀ ਜੀ, ਅਤੇ ਉਸ ਤੋਂ ਬਾਅਦ ਹੁਣ ਇਹ ਆਪਣੇ ਨੈਸ਼ਨਲ ਅਵਾਰਡ ਲਈ ਨਾਮਜ਼ਦ ਹੋਏ ਨੇ, ਕਿਉਂਕਿ ਇਹ ਕੰਪਿਊਟਰ ਫੈਕਲਟੀ ਦੇ ਨਾਲ ਨਾਲ ਆਲਰਾਊਂਡਰ ਅਧਿਆਪਕ ਨੇ। ਸੱਭਿਆਚਾਰਕ ਜਿਹੜੀਆਂ ਗਤੀਵਿਧੀਆਂ ਨੇ ਸਕੂਲ ਦੀਆਂ, ਉਹਨਾਂ ਦੇ ਵੀ ਇਹ ਇੰਚਾਰਜ ਨੇ। ਪਿਛਲੇ ਸਾਲ ਸਾਡਾ ਇੱਕ ਬੱਚਾ ਜਿਹੜਾ ਸਾਹਿਲ ਖਾਨ ਆ, ਉਹ ਕਲਾ ਉਸ ਮੁਕਾਬਲਿਆਂ ਦੇ ਵਿੱਚ ਸਟੇਟ ਪੱਧਰ ਦੇ ਵਿੱਚ ਲੋਕ ਗੀਤ ਮੁਕਾਬਲਿਆਂ ਦੇ ਵਿੱਚੋਂ ਦੂਜੇ ਸਥਾਨ 'ਤੇ ਆਇਆ ਸੀ। ਅਤੇ ਸਾਡਾ ਸਕੂਲ ਹੁਣ ਤੱਕ ਸੱਭਿਆਚਾਰਕ ਗਤੀਵਿਧੀਆਂ ਦੇ ਵਿੱਚ 215 ਜਿਹੜੇ ਨੇ ਮੈਡਲ ਉਹ ਜਿੱਤ ਚੁੱਕਿਆ। ਇਸ ਤੋਂ ਇਲਾਵਾ ਸਾਡੇ ਸਕੂਲ ਦੇ ਵਿੱਚ ਜਿਹੜੀ ਕੰਪਿਊਟਰ ਲੈਬ ਆ, ਉਹਦੇ ਵਿੱਚ ਜਿਹੜੀ ਥਿਨ ਕਲਾਇੰਟ ਟੈਕਨੋਲੋਜੀ ਚੱਲਦੀ ਆ, ਜਿਹਦੇ ਨਾਲ ਜਿਹੜੀ ਨੈੱਟਵਰਕ ਗਾ ਉਹ ਆਸਾਨ ਹੋ ਜਾਂਦੀ ਆ। ਇਸ ਤੋਂ ਇਲਾਵਾ ਅਸੀਂ ਸਾਡਾ ਜਿਹੜਾ ਕੈਂਪਸ ਆ ਉਹ ਵਾਈਫਾਈ ਕੀਤਾ ਹੋਇਆ। ਇਸ ਤੋਂ ਇਲਾਵਾ ਇਹ ਜਿਹੜੇ ਸਰ ਨੇ ਪਾਲੀ ਖਾਦਮ ਜੀ, ਇਹਨਾਂ ਦਾ ਨਾਂ ਨਿਕਨੇਮ ਆ, ਕਿਉਂਕਿ ਇਹ ਲੇਖਕ ਵੀ ਨੇ, ਇਹ ਮਤਲਬ ਕਿਤਾਬਾਂ ਵੀ ਪਬਲਿਸ਼ ਕਰ ਚੁੱਕੇ ਨੇ, ਜਿਨ੍ਹਾਂ ਦੇ ਵਿੱਚੋਂ ਇਹਨਾਂ ਨੇ ਸਵਾਇਦ ਦੀ ਤਸਦੀਕ, ਇਹਨਾਂ ਦਾ ਗਜ਼ਲ ਸੰਗ੍ਰਹਿ ਆ, ਸਾਡੀ ਕਿਤਾਬ ਜਿਹੜਾ ਵਾਲ ਕਵਿਤਾਵਾਂ ਨੇ, ਇਸ ਤੋਂ ਇਲਾਵਾ ਇਹਨਾਂ ਨੇ ਦੋ ਜਿਹੜੇ ਨੇ ਵਾਲ ਨਾਵਲ ਉਹ ਰਿਲੀਜ਼ ਹੋ ਚੁੱਕੇ ਨੇ। ਪਹਿਲਾਂ ਵਾਲ ਨਾਵਲ ਇਹਨਾਂ ਦਾ ਜਾਦੂ ਪਤਾ ਸੀ, ਅਤੇ ਹੁਣ ਇਹਨਾਂ ਦਾ ਜਿਹੜਾ ਵਾਲ ਨਾਵਲ ਆਇਆ ਉਹ ਵਾਇਰਸ ਆਇਆ, ਉਹ ਰਿਲੀਜ਼ ਹੋ ਚੁੱਕਿਆ। ਅਤੇ ਇਹਨਾਂ ਗੱਲਾਂ ਨੂੰ ਮੁੱਖ ਰੱਖਦੇ ਹੋਏ ਜੋ ਇਹਨਾਂ ਦੇ ਕੰਮ ਸੀ, ਇਸ ਤੋਂ ਇਲਾਵਾ ਕਮਿਊਨਿਟੀ ਨਾਲ ਵੀ ਇਹਨਾਂ ਦੇ ਬਹੁਤ ਚੰਗੇ ਸੰਬੰਧ ਨੇ। ਕਮਿਊਨਿਟੀ ਦੇ ਸਹਿਯੋਗ ਦੇ ਨਾਲ ਜਿਵੇਂ ਇਹਨਾਂ ਨੇ ਕੰਪਿਊਟਰ ਲੈਬ ਦੇ ਵਿੱਚ ਟਾਈਲਾਂ ਲਵਾਈਆਂ ਨੇ, ਇਸ ਤੋਂ ਇਲਾਵਾ ਵਾਸ਼ਰੂਮ ਜਿਹੜੇ ਲੜਕੀਆਂ ਦੇ ਨੇ ਉਹਦੇ ਵਿੱਚ ਵੀ ਯੋਗਦਾਨ ਪਾਇਆ। ਸੋ ਸਕੂਲ ਦੀ ਹਰ ਗਤੀਵਿਧੀ ਦੇ ਵਿੱਚ ਇਹ ਅੱਗੇ ਹੋ ਕੇ ਯੋਗਦਾਨ ਪਾਉਂਦੇ ਨੇ, ਇਸ ਕਰਕੇ ਭਾਰਤ ਸਰਕਾਰ ਵੱਲੋਂ ਇਹਨਾਂ ਨੂੰ ਜਿਹੜਾ ਇਨਾਮ ਦਿੱਤਾ ਜਾ ਰਿਹਾ ਉਹਦੇ ਲਈ ਇਹ ਡਿਜ਼ਰਵ ਕਰਦੇ ਸੀ। ਇਹ ਸਾਡੇ ਸਟਾਫ ਲਈ, ਸਾਡੇ ਨਗਰ ਲਈ ਅਤੇ ਸਕੂਲ ਲਈ ਬੜੇ ਹੀ ਮਾਣ ਵਾਲੀ ਗੱਲ ਹੈ। ਪੂਰਾ ਖੁਸ਼ੀ ਦਾ ਮਾਹੌਲ ਆ? ਹਾਂਜੀ, ਪੂਰਾ ਖੁਸ਼ੀ ਦਾ ਮਾਹੌਲ ਆ, ਸਾਰੇ ਬਹੁਤ ਮਤਲਬ ਸੈਲੀਬ੍ਰੇਟ ਕਰ ਰਹੇ ਨੇ ਖੁਸ਼ੀ, ਵੱਖ ਵੱਖ ਆਪਣਾ ਪਾਸਿਓਂ ਸਾਨੂੰ ਜਿਹੜੀਆਂ ਨੇ ਵਧਾਈਆਂ ਆ ਰਹੀਆਂ ਨੇ, ਅਤੇ ਅਸੀਂ ਬਹੁਤ ਖੁਸ਼ ਹਾਂ।